ਜੀ ਪਹਿਲਾਂ ਐਵੇਂ ਲਾਉਣਾ ਜੀ ਉਹਨੂੰ ਖਿੱਚ ਕੇ ਜੀ, ਫਿਰ ਫੋਲਡ ਕਰਕੇ ਉਹਨੂੰ ਖਿੱਚ ਕੇ ਜੀ ਉਵੇਂ ਲਾ ਲੈਣਾ, ਸਾਫ ਕਰਕੇ ਸਫਾਈ ਕਰਕੇ ਜੀ। ਜਦੋਂ ਜੀ ਸਫਾਈ ਐਨ ਪੂਰੀ ਹੋ ਗਈ ਜੀ ਪਹਿਲੇ ਲੜ 'ਚ, ਫਿਰ ਜੀ ਉਹਨੂੰ ਪਿੱਛੇ ਲੈ ਕੇ ਜਾਣਾ, ਪਿੱਛੇ ਲੈ ਕੇ ਜਾ ਕੇ ਜੀ ਉਂਗਲੀ ਦੇ ਨਾਲ ਜੀ ਫੋਲਡ ਕਰ ਦੇਣਾ, ਉਂਗਲੀ ਦੇ ਨਾਲ ਜੀ ਫੋਲਡ ਕਰਕੇ ਉਹਨੂੰ ਉੱਤੇ ਲੈ ਕੇ ਆ ਕੇ ਜੀ ਜਿੱਥੋਂ ਜੀ ਪਹਿਲਾਂ ਪਿੱਛ ਲਾਇਆ ਸੀ ਉਹਦੀ ਜਗ੍ਹਾ 'ਚ ਉੱਥੇ ਲੈ ਜਾਣਾ ਜੀ। ਉੱਥੇ ਜਾ ਕੇ ਜੀ ਉਹਨੂੰ ਫੋਲਡ ਕਰ ਲੈਣਾ ਜੀ ਉਂਗਲੀਆਂ ਦੇ ਨਾਲ ਜੀ, ਉਹਨੂੰ ਸਫਾਈ ਕਰ ਲੈਣੀ ਹੈ ਜੀ ਉਹ ਉਸ ਲੜ ਦੇ ਵਿੱਚ ਐਨ ਬੁਰੀ ਚੰਗੀ ਤਰ੍ਹਾਂ ਜੀ ਸਫਾਈ ਕਰਕੇ ਜੀ ਫਿਰ ਜਾ ਕੇ ਫੋਲਡ ਕਰਨਾ ਜੀ। ਪਹਿਲਾਂ ਨਹੀਂ ਫੋਲਡ ਕਰਨਾ, ਫੋਲਡ ਕਰਕੇ ਜੀ ਇਹਦੇ ਵਿੱਚ ਸਫਾਈ ਐਨ ਪੂਰੀ ਕਰਨੀ ਹੈ ਜੀ, ਸਫਾਈ ਜੀ ਕਰਕੇ ਫਿਰ ਪਿੱਛੇ ਲੈ ਕੇ ਜਾਣਾ ਜੀ। ਫਿਰ ਜੀ ਬਾਜ਼ ਫੇਰ ਕੇ ਫਿਰ ਪਿੱਛੇ ਲੈ ਕੇ ਜਾ ਕੇ ਜੀ ਸਫਾਈ ਹੋ ਗਈ, ਪਿੱਛੇ ਲੈ ਕੇ ਜਾ ਕੇ ਜੀ ਫਿਰ ਉਹਨੂੰ ਫੋਲਡ ਕਰਕੇ, ਫੋਲਡ ਕਰਕੇ ਜੀ ਉਹਨੂੰ ਫਿਰ ਉਵੇਂ ਲਾ ਦੇਣਾ ਜੀ, ਫੋਲਡ ਕਰਕੇ ਜੀ ਉਹਨੂੰ ਲਾ ਤਾ ਜੀ। ਜਦੋਂ ਲਾ ਤਾ ਜੀ ਉਹਦੇ ਵਿੱਚ ਵੀ ਸਫਾਈ ਜੀ ਉਵੇਂ ਹੀ ਕਰਨੀ ਹੈ ਜੀ, ਲਾਣ ਨੂੰ ਵੀ ਥੱਲੇ ਨੂੰ ਖਿੱਚ ਲੈਣਾ ਜੀ, ਪੇਚਾਂ ਦੇ ਵਿੱਚ ਫਾਸਲਾ ਜਿੰਨਾ ਪਹਿਲੇ ਦੂਜੇ ਲੜ ਦੇ ਵਿੱਚ ਰੱਖਿਆ ਫਾਸਲਾ ਉਹਨਾਂ ਹੀ ਸਾਰੇ ਪੇਚਾਂ ਦੇ ਵਿੱਚ ਰੱਖਣਾ ਫਾਸਲਾ ਜੀ। ਫਿਰ ਜੀ ਇਧਰਲੇ ਪੇਜ ਦੇ ਵਿੱਚ ਜੀ ਸਫਾਈ ਕਰਕੇ ਉਹਨੂੰ ਫਿਰ ਫੋਲਡ ਕਰਕੇ ਜੀ ਲਾਉਣਾ ਜੀ। ਜੇ ਸ਼ੇਪ ਕੱਢਣੀ ਹੈ ਜੀ ਤਾਂ ਜੀ ਜਿੱਥੋਂ ਆਪਾਂ ਟੂਟੀ ਲਾਉਂਦੇ ਹੁੰਦੇ ਜੀ ਉੱਥੋਂ ਹੀ ਫੋਲਡ ਕਰਕੇ ਥੋੜ੍ਹਾ ਜਿਹਾ ਅੱਗੇ ਲਿਜਾ ਕੇ ਜੀ ਫੋਲਡ ਕਰਨਾ ਜੀ। ਫੋਲਡ ਕਰਕੇ ਸਫਾਈ ਕਰਕੇ ਪਿੱਛੇ ਲੈ ਕੇ ਜਾਣਾ ਜੀ ਫਿਰ ਤੋਂ। ਬਾਜ਼ ਫੇਰ ਲਿਆ ਜੀ, ਬਾਜ਼ ਫੇਰ ਕੇ ਜੀ ਉਹਨੂੰ ਫਿਰ ਪਿੱਛੇ ਲੈ ਕੇ ਜਾਣਾ ਜੀ। ਜਿੰਨਾ ਕਿ ਦੂਜਾ ਲੜ ਮੋਟਾ ਰੱਖਿਆ ਜੀ ਉਹਨੇ ਉਹਨੂੰ ਮੋਟਾ ਰੱਖਣਾ ਜੀ ਤੀਜੇ ਲੜ ਨੂੰ ਵੀ। ਪਹਿਲਾ ਲੜ ਜੀ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਜੀ। ਫਿਰ ਜੀ ਜਦੋਂ ਤੀਜੇ ਲੜ ਦਾ ਜੀ ਪਿੱਛੇ ਲੈ ਕੇ ਪੇਜ ਦਾ ਨਹੀਂ, ਫਿਰ ਜੀ ਉਹਨੂੰ ਉੱਥੋਂ ਹੀ ਜਾ ਕੇ ਫੋਲਡ ਕਰਕੇ ਉਂਗਲੀ ਨਾਲ ਜੀ ਫਿਰ ਜੀ ਉਵੇਂ ਇਹਨੂੰ ਇੱਥੋਂ ਅੱਗੇ ਜਾ ਕੇ ਫੋਲਡ ਕਰ ਲੈਣਾ ਜੀ। ਫੋਲਡ ਕਰਕੇ ਜੀ ਉਹਨੂੰ ਫਿਰ ਉਹਦੇ ਵਿੱਚ ਸਫਾਈ ਕਰਕੇ ਜੀ ਫਿਰ ਤੋਂ ਉਹਨੂੰ ਸਫਾਈ ਕਰਕੇ ਲਾ ਲੈਣਾ ਜੀ। ਜਦੋਂ ਸਫਾਈ ਕਰਕੇ ਲਾ ਲਿਆ ਜੀ ਫਿਰ ਤੋਂ ਬਾਅਦ ਫੇਰ ਲਿਓ, ਫਿਰ ਤੋਂ ਬਾਅਦ ਫੇਰ ਦੇਣਾ ਜੀ। ਬਾਜ ਫੇਰ ਕੇ ਜੀ ਫਿਰ ਉਹਨੂੰ ਪਿੱਛੇ ਲਿਜਾ ਕੇ ਜੀ ਫਿਰ ਉਂਗਲੀ ਦੇ ਨਾਲ ਫੋਲਡ ਕਰਕੇ ਹੀ ਲਾਉਣਾ, ਉਹਨਾਂ ਚਿਰ ਨਹੀਂ ਲਾਉਣਾ ਜਿੰਨਾ ਚਿਰ ਸਫਾਈ ਨਹੀਂ ਹੁੰਦੀ ਜੀ। ਹੁਣ ਜੀ ਆਪਾਂ ਨੇ ਲਾ ਲਿਆ ਜੀ ਉਹ ਲੜੀ, ਲਾ ਲਿਆ ਜੀ ਉਦੋਂ ਹੀ ਸਫਾਈ ਐਨ ਪੂਰੀ ਦੇਖਣੀ, ਸਫਾਈ ਹੈਗੀ ਜੀ ਸਾਰੀ ਸਫਾਈ, ਜਿੰਨਾ ਚਿਰ ਹੁੰਦੀ ਨਹੀਂ ਉਨਾ ਚਿਰ ਜੀ ਲਾਸਟ ਲੜ ਨਹੀਂ ਲਾਉਣਾ ਜੀ। ਸਫਾਈ ਜੀ ਇੱਧਰ ਵੀ ਕਰਨੀ ਹੈ, ਪੇਚਾਂ ਦੇ ਵਿੱਚ ਵੀ ਕਰਨੀ ਹੈ ਜੀ, ਦੂਜੇ ਪਾਸੇ ਵੀ ਕਰਨੀ ਹੈ ਜੀ, ਜਿਹੜੇ ਆਪਾਂ ਉੱਤੋਂ ਤੋਂ ਸ਼ੁਰੂ ਕਰਦੇ ਹਾਂ ਜੀ ਉਹਨਾਂ ਦੇ ਵਿੱਚ ਵੀ ਕਰਨੀ ਹੁੰਦੀ ਹੈ ਸਫਾਈ, ਉਹਨਾਂ ਦੇ ਵਿੱਚ ਸਫਾਈ ਕਰਕੇ ਹੀ ਫਿਰ ਲਾਉਣਾ ਜੀ। ਹੁਣ ਜੀ ਉਹ ਲੜ ਲਾ ਤਾ ਜੀ, ਫਿਰ ਅੱਗੇ ਜਾ ਕੇ ਜੀ ਉਹਨੂੰ ਫੋਲਡ ਕਰਕੇ ਜੀ ਉਹਦੇ ਵਿੱਚ ਸਫਾਈ ਕਰਨੀ ਹੈ ਜੀ। ਫਾਸਲਾ ਜੀ ਲਾਸਟ ਲੜ ਦੇ ਵਿੱਚ ਵੀ ਉਹਨਾਂ ਹੀ ਰੱਖਣਾ ਜਿੰਨਾ ਪਹਿਲੇ ਪੇਚਾਂ ਦੇ ਵਿੱਚ ਰੱਖਿਆ ਹੋਇਆ ਜੀ, ਉਹਨਾਂ ਹੀ ਫਾਸਲਾ ਰੱਖਣਾ ਜੀ, ਉਹਨਾਂ ਹੀ ਪਤਲਾ ਰੱਖਣਾ ਜੀ, ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਜੀ ਅਤੇ ਜ਼ਿਆਦਾ ਫਾਸਲਾ ਨਹੀਂ ਹੋਣਾ ਚਾਹੀਦਾ ਜੀ। ਪਿੱਛੇ ਵੀ ਸਫਾਈ ਹੋਣੀ ਚਾਹੀਦੀ ਹੈ ਜੀ, ਪਿੱਛੇ ਬਾਲਣੀ ਪੈਣੀ ਚਾਹੀਦੀ ਜੀ। ਹੁਣ ਜੀ ਜਦੋਂ ਲਾਸਟ ਆਪਾਂ ਟੂਟੀ ਲਾਉਣੀ ਹੈ ਜੀ ਉਦੋਂ ਹੀ ਉਹਨੂੰ ਮੂੰਹ 'ਚ ਫੜ ਕੇ ਹੀ ਸਫਾਈ ਕਰ ਲੈਣੀ ਹੈ ਜੀ ਐਨ ਪੂਰੀ ਪੱਗ 'ਚ, ਬਾਜ਼ ਨਾਲ ਐਨ ਪੂਰੀ ਪੱਗ 'ਚ ਸਫਾਈ ਕਰਕੇ ਫਿਰ ਲਾਉਣਾ, ਫਿਰ ਲਾਉਣਾ ਹੁੰਦਾ ਜੀ, ਠੀਕ ਹੈ ਜੀ। ਹੁਣ ਜੀ ਜੇ ਸ਼ੇਪ ਕੱਢਣੀ ਹੈ ਜੀ ਉਹਨੂੰ ਇੱਧਰਲੇ ਪਾਸਿਓਂ ਕੱਢ ਸਕਦੇ ਹੋ ਜੀ ਅੱਗੇ ਅੱਗੇ, ਜਿੰਨਾ ਹੀ ਜਦੋਂ ਮੈਂ ਤੀਜੇ ਵਿੱਚ ਕਿਹਾ ਸੀਗਾ ਜੀ ਇਹਨੂੰ ਜਿੱਥੋਂ ਆਪਾਂ ਟੁੱਟੀ ਵਾਲੀ ਜਗ੍ਹਾ ਤੋਂ ਦੱਬ ਦਿੰਦੇ ਹਾਂ ਜੀ ਥੋੜ੍ਹਾ ਜਿਹਾ ਉਹਨੂੰ ਅੱਗੇ ਲਿਜਾ ਕੇ ਵੀ ਦੱਬਣਾ ਹੁੰਦਾ ਜੀ, ਥੋੜ੍ਹਾ ਜਿਹਾ ਅੱਗੇ ਲੈ ਜਾਇਆ ਕਰੋ,
ਗਿਲ ਜਾ ਕੇ ਜੀ ਤਾਂ ਸ਼ੇਪ ਨਿਕਲ ਆਉਂਦੀ ਹੈ ਜੀ, ਸ਼ੇਪ ਬਣ ਜਾਂਦੀ ਹੈ ਜੀ ਪੱਗ ਦੀ। ਇਹ ਸਾਰਾ ਕੁਛ ਕਰਕੇ ਜੀ ਫਿਰ ਲਾਸਟ ਲਾੜ ਲਾਉਣਾ ਜੀ। ਜਦੋਂ ਲਾਉਣਾ ਜੀ ਪਹਿਲਾਂ ਪੱਗ ਪਿੰਨ ਲਾ ਕੇ ਜੀ, ਫਿਰ ਅੱਗੇ ਜਾ ਕੇ ਜੀ ਉਹਦੇ ਵਿੱਚ ਜੀ ਸਫਾਈ ਕਰਕੇ ਲਾਸਟ ਲਾੜ ਦੇ ਵਿੱਚ ਜੀ ਫਿਰ ਉਹਨੂੰ ਘੁਮਾਉਣਾ ਆ। ਸਫਾਈ ਕਰ ਲਓ ਜੀ ਪਹਿਲਾਂ, ਸਫਾਈ ਕਰਕੇ ਜੀ ਫਿਰ ਉਹਨੂੰ ਅੱਗੇ ਲਿਜਾ ਕੇ ਜੀ ਫੋਲਡ ਕਰ ਦਿਓ। ਫੋਲਡ ਕਰਕੇ ਉਹਨੂੰ ਲਾ ਦੇਣਾ ਜੀ, ਲਾ ਕੇ ਫਿਰ ਸਿਰ ਢੱਕਣਾ ਆ। ਉੱਤੇ ਵੀ ਪੱਗ ਪੈਨ ਲਾ ਸਕਦੇ ਹੋ ਜੀ ਜਿੱਦਾਂ ਹੋਵੇ ਜੀ, ਫਿਰ ਜੀ ਉੱਤੇ ਉਹ ਸਿਰ ਢੱਕਣਾ ਜੀ। ਸਿਰ ਜੀ ਸਾਰਾ ਢੱਕਣਾ ਜੀ, ਪੂਰਾ ਵੀ ਨਾ ਨੰਗਾ ਹੋਣਾ ਚਾਹੀਦਾ ਜੀ, ਬਾਲ ਦੇ ਨਾਲ ਢੱਕਣਾ ਜੀ, ਐਂ ਮਾੜਾ ਜਿਹਾ ਵੀ ਨਹੀਂ ਨੰਗਾ ਹੋਣਾ ਚਾਹੀਦਾ ਜੀ। ਹੁਣ ਜੀ ਜਦੋਂ ਹੀ ਆਪਣੇ ਸਿਰ ਢੱਕ ਲਿਆ ਜੀ, ਫਿਰ ਪਿੱਛੇ ਵਾਲਾ ਵੀ ਟੰਗਣਾ ਜੀ ਪ੍ਰੋਪਰਲੀ। ਪਹਿਲਾਂ ਸਿਰ ਢੱਕਣਾ ਫਿਰ ਪਿੱਛੇ ਵਾਲਾ ਢੱਕਣਾ ਜੀ ਜਾ ਕੇ। ਜਦੋਂ ਹੀ ਲਾਸਟ ਲੜ ਲਾਉਂਦੇ ਹੁੰਦੇ ਜੀ ਆਪਾਂ, ਜਿੱਥੇ ਟੂਟੀ ਘੁਮਾਉਂਦੇ ਹੁੰਦੇ ਜੀ ਉੱਥੋਂ ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ ਜੀ। ਜੇ ਮੋਟਾ ਹੋਵੇ ਉਹਨੂੰ ਦਾਬ ਦੇ ਦਿਓ ਜੀ, ਉਹਨੂੰ ਦੱਬ ਦਿਓ ਉੱਥੋਂ। ਫਿਰ ਜੀ ਸਫਾਈ ਕਰ ਲਓ, ਫਿਰ ਜੀ ਲਾਸਟ ਲੜ ਟੰਗ ਲਿਓ ਜੀ। ਲਾਸਟ ਲੜ ਟੰਗ ਕੇ ਜੀ ਫਿਰ ਜੀ ਦੇਖ ਲਿਓ ਕਿਤੇ ਮਾੜੀ ਮੋਟੀ ਗਲਤੀ ਤਾਂ ਨਹੀਂ ਗਈ, ਜੇ ਗਲਤੀ ਹੋਈ ਜੀ ਉਹਨੂੰ ਉਹਨੂੰ ਸਾਫ਼ ਕਰ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।